ਅਕਾਲ ਜੀ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਫਰੈਂਡਸ ਆਪਾਂ ਤੁਹਾਨੂੰ ਜਿਹੜੀ ਮੈਂ ਸ਼ੋਪਿੰਗ ਕਰਕੇ ਲੈ ਕੇ ਆਈ ਸੀਗੀ ਲੋਹੜੀ ਵਾਸਤੇ ਜਿਹੜੀ ਆਪਾਂ ਘਰ ਦਿੱਤੀ ਉਹਨੂੰ ਕੱਪੜੇ ਦਿੰਦੇ ਅੱਜ ਮੈਂ ਤੁਹਾਨੂੰ ਉਹ ਦਿਖਾਉਂਗੀ ਅਤੇ ਨਾਲੇ ਆਪਾਂ ਜੋੜ ਜੜਾਈ ਕਰਾਂਗੇ ਕੱਪੜਿਆਂ ਦੀ ਕਿ ਆਪਣੇ ਪਿੰਡਾਂ ਦੇ ਕੀ ਰਿਵਾਜ਼ ਹੁੰਦੇ ਨੇ ਅਤੇ ਕਿਵੇਂ ਆਪਾਂ ਜਿਹੜੇ ਆਪਣੇ ਧੀਆਂ ਭੈਣਾਂ ਨੂੰ ਜਿਹੜੇ ਲੋਹੜੀ ਦੇ ਸੰਧਾਰੇ ਦਿੰਦੇ ਹਾਂ ਅਤੇ ਆਪਾਂ ਕਿਵੇਂ ਆਪਣੀ ਧੀਆਂ ਭੈਣਾਂ ਨੂੰ ਜਿਹੜੀ ਲੋਹੜੀ ਦਾ ਸੰਧਾਰਾ ਦਿੰਦੇ ਹਾਂ ਕਿ ਆਪਣੇ ਪਿੰਡਾਂ ਦੇ ਰੀਤੀ ਰਿਵਾਜ਼ ਹੁੰਦੇ ਹੈ ਅਤੇ ਜਦੋਂ ਆਪਾਂ ਸੰਧਾਰੇ ਲੈ ਕੇ ਜਾਵਾਂਗੇ ਤੁਹਾਡੇ ਨਾਲ ਉਹ ਵੀਡੀਓ ਵੀ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜੀ ਆਪਾਂ ਜੋੜ ਜੜਾਈ ਕਰ ਲੈਂਦੇ ਹਾਂ ਅਤੇ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਆਪਾਂ ਕਿਹੜੇ ਕਿਹੜੇ ਕੱਪੜੇ ਲੈ ਕੇ ਆਏ ਅਤੇ ਕਿਵੇਂ ਕਿਵੇਂ ਆਪਾਂ ਜੋੜ ਜੜਾਈ ਕਰਦੇ ਹਾਂ ਸੋ ਫਰੈਂਡਸ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਨਾਲੇ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਾਂ ਕੀ ਸਮਾਨ ਲੈ ਕੇ ਆਏ ਹਾਂ ਅਤੇ ਕਿਵੇਂ ਆਪਾਂ ਜੋੜ ਜੜਾਈ ਕਰਾਂਗੇ ਦੇਖੋ ਹੁਣ ਤੁਹਾਨੂੰ ਮੈਂ ਜਿਹੜੀ ਸ਼ੋਪਿੰਗ ਕਰਕੇ ਲੈ ਕੇ ਆਈ ਸੀਗੀ ਉਹ ਦਿਖਾਊਂਗੀ ਕਿ ਮੈਂ ਕਿਹੜੀ ਕਿਹੜੀ ਸ਼ੋਪਿੰਗ ਕਰੀ ਹੈ ਅਤੇ ਕੀ ਕਰਿਆ ਆਪਣੇ ਲਈ ਕੀ ਲਿਆ ਅਤੇ ਆਪਣੀ ਘਰ ਦੀ ਧੀਆਂ ਵਾਸਤੇ ਭੂਆ ਜੀ ਨਾ ਵਾਸਤੇ ਦੀਦੀ ਵਾਸਤੇ ਕੀ ਸਮਾਨ ਲਿਆ ਇਹ ਜਿਹੜਾ ਸੂਟ ਹੈ ਇਹ ਆਪਣੀ ਦੀਦੀ ਵਾਸਤੇ ਲਿਆ ਇਹ ਦੇਖੋ ਜਿਹੜਾ ਮੇਰਾ ਨਾਭੀ ਕਲਰ ਦਾ ਮੈਂ ਸੂਟ ਲਿਆ ਸੀਗਾ ਉਹਦੇ ਨਾਲ ਦਾ ਸੂਟ ਹੈ ਇਹ ਬਿਲਕੁਲ ਸੇਮ ਦੀਦੀ ਕਹਿੰਦੇ ਮੈਨੂੰ ਇਹ ਪਸੰਦ ਹੈ ਅਤੇ ਮੈਂ ਕਿਹਾ ਚਲੋ ਦੀਦੀ ਨਾਲ ਵੀ ਇਹ ਵਾਲਾ ਲੈ ਲੈਂਦੇ ਦੀਦੀ ਲਈ ਵੀ ਇਹ ਆਪਣੇ ਸੂਟ ਲਿਆ ਅਤੇ ਇੱਕ ਇਹ ਵਾਲਾ ਸੂਟ ਲਿਆ ਜਿਹੜਾ ਇਹ ਵਾਲਾ ਸੂਟ ਇਹ ਵੀ ਬਹੁਤ ਅੱਛਾ ਪ੍ਰਿੰਟ ਹੈ ਇਹਦਾ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੀ ਹਾਂ ਉਹ ਤਾਂ ਤੁਸੀਂ ਦੇਖਿਆ ਹੋਇਆ ਪਹਿਲਾਂ ਦੇਖੋ ਜਿਹੜੀ ਚੁੰਨੀ ਹੈ ਇਹਦੇ ਚਾਰੇ ਪਾਸੇ ਫੋਰ ਸਾਈਡ ਇਹਦੇ ਇਹ ਪੱਟੀ ਲੱਗੀ ਹੋਈ ਹੈ ਨਾਲ ਦੀ ਦੇਖੋ ਚੁੰਨੀ ਵੀ ਬਹੁਤ ਸੋਹਣੀ ਹੈ ਇਹਦੀ ਅਤੇ ਜਿਹੜਾ ਇਹ ਸੂਟ ਹੈ ਇਹ ਵੀ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਹੈ ਅਤੇ ਜਿਹੜਾ ਇਹਦੇ ਉੱਪਰ ਪ੍ਰਿੰਟ ਹੈ ਉਹ ਵੀ ਬਹੁਤ ਸੋਹਣਾ ਹੈ ਦੇਖੋ ਇਵੇਂ ਦਾ ਇਹਦਾ ਪ੍ਰਿੰਟ ਹੈ ਦੇਖੋ ਕਿੰਨਾ ਵਧੀਆ ਇਹਦਾ ਪ੍ਰਿੰਟ ਹੈ ਇਹ ਬਾਜੂ ਹੋ ਗਈਆਂ ਇਹਦੀਆਂ ਬਾਹਾਂ ਹੋ ਗਈਆਂ ਅਤੇ ਇਹ ਫਰੰਟ ਹੋ ਗਿਆ ਇਹ ਇਹਦਾ ਬੈਕ ਪੱਲਾ ਹੈ ਦੇਖੋ ਇਹ ਇੱਧਰ ਨੂੰ ਹੈ ਇੱਧਰ ਵੀ ਬਾਹਾਂ ਦਈਆਂ ਹੋਈਆਂ ਨੇ ਦੇਖੋ ਕਿੰਨਾ ਵਧੀਆ ਕਲਰ ਹੈ ਅਤੇ ਬਹੁਤ ਸੋਹਣਾ ਇਹ ਵੀ ਇਹ ਫਰੈਂਡਸ ਜਿਹੜੇ ਸੂਟ ਨੇ ਸਾਰੇ ਆਪਣਾ ਸਰਦੀਆਂ ਦੇ ਸੂਟ ਨੇ ਪਸ਼ਮੀਨੇ ਦੇ ਜਿਹੜੀ ਇਹ ਵਾਲੀ ਇਹਦੀ ਸਲਵਾਰ ਹੈ ਸਲਵਾਰ ਜਿਹੜੀ ਇਹਦੀ ਪਲੇਨ ਹੈ ਅਤੇ ਹੁਣ ਤੁਹਾਨੂੰ ਮੈਂ ਇਹ ਵਾਲਾ ਸੂਟ ਦਿਖਾਉਂਦੀ ਹਾਂ ਦੇਖੋ ਜਿਹੜਾ ਇਹ ਵਾਲਾ ਸੂਟ ਹੈ ਇਹ ਵੀ ਬਹੁਤ ਅੱਛਾ ਹੈ ਇਹ ਵੀ ਕਲਰ ਵੀ ਬਹੁਤ ਸੋਹਣਾ ਅਤੇ ਇਹਦੇ ਉੱਪਰ ਜਿਹੜੀ ਕਢਾਈ ਇਹ ਵੀ ਬਹੁਤ ਸੋਹਣੀ ਹੈ ਇਹ ਆਪਾਂ ਨੇ ਸੂਟ ਜਿਹੜੇ ਦੇਣੇ ਨੇ ਅਤੇ ਜਿਹੜੀ ਇਹ ਸ਼ੋਲ ਹੈ ਇਹ ਮੰਮੀ ਨੇ ਆਪਣੇ ਵਾਸਤੇ ਲਈ ਹੈ ਇਹ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੀ ਹਾਂ ਦੇਖੋ ਜਿਹੜੀ ਸ਼ੋਲ ਹੈ ਫਰੈਂਡਸ ਇਹ ਚਾਰੇ ਸਾਈਡਾਂ ਇਹਦੀ ਜਿਹੜੀ ਕੱਢੀਆਂ ਹੋਈਆਂ ਨੇ ਇਹਦੇ ਉੱਪਰ ਜਿਹੜੀ ਕਢਾਈ ਕਰੀ ਹੋਈ ਹੈ ਦੇਖੋ ਜਿਹੜੀ ਕਢਾਈ ਉਹ ਫਰੈਂਡਸ ਬਿਲਕੁਲ ਤਾਗੇ ਦੀ ਹੈ ਅਤੇ ਬਹੁਤ ਸੋਹਣੀ ਹੈ ਤੁਹਾਨੂੰ ਨੇੜੇ ਤੋਂ ਦਿਖਾਉਂਦੀ ਹਾਂ ਮੈਂ ਦੇਖੋ ਇਹ ਬਿਲਕੁਲ ਇੰਨੀ ਵਧੀਆ ਕਢਾਈ ਹੈ ਅਤੇ ਬਹੁਤ ਸੋਹਣੀ ਸ਼ੋਲ ਹੈ ਅਤੇ ਪਿਓਰ ਦੀ ਇਹ ਸ਼ੋਲ ਹੈ ਜਿਹੜੀ ਇਹ ਸ਼ੋਲ ਜਿਹੜੀ ਫਰੈਂਡਸ 1200 ਦੀ ਆਈ ਹੈ ਦੇਖੋ ਇਹਦੀ ਫੋਰ ਸਾਈਡ ਹੈ ਅਤੇ ਬਹੁਤ ਸੋਹਣਾ ਕਲਰ ਹੈ ਇਹਦਾ ਇਹ ਵੀ ਮੈਨੂੰ ਪਸੰਦ ਆਈ ਮੈਂ ਮੰਮੀ ਨੂੰ ਕਿਹਾ ਮੈਂ ਕਿ ਤੁਸੀਂ ਇਹ ਵਾਲੀ ਸ਼ੋਲ ਲੈ ਲਓ ਦੇਖੋ ਮੈਂ ਤੁਹਾਨੂੰ ਲੈ ਕੇ ਦਿਖਾਉਂਦੀ ਹਾਂ ਬਹੁਤ ਸੋਹਣੀ ਸ਼ੋਲ ਹੈ ਇਹ ਦੇਖੋ ਕਿੰਨੀ ਸੋਹਣੀ ਲੱਗ ਰਹੀ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦੀ ਲੱਗੀ ਅਤੇ ਜਿਹੜੀ ਮੈਂ ਖਰੀਦਦਾਰੀ ਕਰੀ ਹੋਈ ਉਹ ਵੀ ਦੱਸਿਓ ਮੈਨੂੰ ਵੀ ਤੁਹਾਨੂੰ ਕਿਵੇਂ ਦੀ ਲੱਗੀ ਦੇਖੋ ਇਹਦਾ ਕਲਰ ਵੀ ਸੋਹਣਾ ਭਾਵੇਂ ਮੈਂ ਲੈ ਲਾਂ ਭਾਵੇਂ ਮੰਮੀ ਲੈ ਲੈਣ ਕੋਈ ਵੀ ਲੈ ਸਕਦਾ ਇਸ ਨੂੰ ਕਲਰ ਵੀ ਇਹਦਾ ਇਵੇਂ ਦਾ ਹੈ ਦੇਖੋ ਇਹ ਵਾਲੇ ਸ਼ੋਲ 'ਚ ਵੀ ਦੋ ਕਲਰ ਸੀਗੇ ਅਤੇ ਜਿਹੜੀ ਇਹ ਸਟੋਲ ਹੈ ਇਹ 'ਚ ਵੀ ਦੋ ਕਲਰ ਸੀਗੇ ਇਹ ਜਿਹੜੀ ਸ਼ੋਲ ਹੈ ਫਰੈਂਡਸ ਇਹ ਰੈੱਡ ਕਲਰ ਦੀ ਹੈ ਦੇਖੋ ਇਹਦੇ ਉੱਪਰ ਵੀ ਕਿੰਨੀ ਵਧੀਆ ਕਢਾਈ ਹੈ ਕਿੰਨਾ ਵਧੀਆ ਉਹਨਾਂ ਨੇ ਵਰਕ ਕਰਿਆ ਹੋਇਆ ਇਹ ਵੀ ਜਿਹੜੀ ਕਢਾਈ ਹੈ ਧਾਗੇ ਦੀ ਹੈ ਦੇਖੋ ਬਹੁਤ ਸੋਹਣੀ ਹੈ ਮੈਂ ਸੋਚਿਆ ਵੀ ਚਲੋ ਇੱਕ ਸਟੋਲ ਮੈਂ ਵੀ ਲੈ ਲੈਂਦੀ ਹਾਂ ਮੈਨੂੰ ਸੋਹਣੀ ਲੱਗੀ ਮੈਂ ਤੁਹਾਨੂੰ ਲੈ ਕੇ ਦਿਖਾਉਂਦੀ ਹਾਂ ਦੇਖੋ ਕਿੰਨੀ ਵਧੀਆ ਸਟੋਲ ਹੈ ਅਤੇ ਬਹੁਤ ਸੋਹਣੀ ਲੱਗੀ ਮੈਨੂੰ ਉਮੀਦ ਕਰਦੀ ਤੁਹਾਨੂੰ ਮੇਰੀ ਇਹ ਖਰੀਦਦਾਰੀ ਜਿਹੜੀ ਪਸੰਦ ਆਈ ਹੋਊਗੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਖਰੀਦਦਾਰੀ ਮੇਰੀ ਕਿਵੇਂ ਦੀ ਲੱਗੀ ਇਹ ਵਾਲੀ ਸਟੋਲ ਹੈ ਫਰੈਂਡਸ ਮੈਨੂੰ ਇਹ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਅਤੇ ਬਹੁਤ ਜ਼ਿਆਦਾ ਪਸੰਦ ਆਈ ਅਤੇ ਮੈਂ ਥੋੜ੍ਹਾ ਜਿਹਾ ਸਮਾਨ ਹੋਰ ਵੀ ਖਰੀਦਿਆ ਸੀਗਾ ਇਹ ਮੇਰੇ ਕਈ ਵੀਵਰਸ ਕਹਿ ਰਹੇ ਸੀਗੇ ਕਿ ਦੀਦੀ ਤੁਸੀਂ ਕਿਹੜਾ ਫੇਸ ਵੋਸ਼ ਅਤੇ ਕਿਹੜੀ ਕਰੀਮ ਯੂਜ਼ ਕਰਦੇ ਹੋ ਇਹ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਜਿਹੜੀ ਮੈਂ ਕਰੀਮ ਅਤੇ ਫੇਸ ਵੋਸ਼ ਹੈ ਇਹ ਪੂਜਾ ਵਾਲੇ ਸ਼ੋਰੂਮ ਤੋਂ ਲੈ ਕੇ ਆਈ ਸੀਗੀ ਤੁਹਾਨੂੰ ਪਤਾ ਹੀ ਮੈਂ ਤੁਹਾਨੂੰ ਦਿਖਾਇਆ ਸੀਗਾ ਦੇਖੋ ਇਹ ਵਾਲਾ ਫੇਸ ਵੋਸ਼ ਹੈ
ਤੁਹਾਨੂੰ ਨੇੜੇ ਤੋਂ ਦਿਖਾਉਂਦੀ ਹਾਂ। ਇਹ ਫੇਸ ਵੋਸ਼ ਹੈ ਇੱਧਰਲਾ ਅਤੇ ਇਹ ਵਾਲੀ ਕਰੀਮ ਹੈ, ਮੈਂ ਇਹ ਵਾਲੇ ਫੇਸ ਵੋਸ਼ ਯੂਜ਼ ਕਰਦੀ ਹਾਂ ਅਤੇ ਇਹ ਕਰੀਮ ਇਹ ਸਰਦੀਆਂ ਵਿੱਚ ਲਗਾਉਂਦੀ ਹਾਂ, ਮੈਂ ਗਰਮੀਆਂ ਵਿੱਚ ਹੋਰ ਕਰੀਮ ਲਗਾਉਂਦੀ ਹਾਂ। ਇਹ ਜਿਹੜਾ ਫੇਸ ਵੋਸ਼ ਹੈ ਫਰੈਂਡਸ, ਇਹਦੇ ਨਾਲ ਇੱਕ ਤਾਂ ਫੇਸ 'ਤੇ ਪਿੰਪਲ ਨਹੀਂ ਨਿਕਲਦੇ, ਇਹ ਬਹੁਤ ਜ਼ਿਆਦਾ ਵਧੀਆ ਹੈ। ਅਤੇ ਜਿਹੜੀ ਇਹ ਕਰੀਮ ਹੈ ਇਹਦੇ ਨਾਲ ਜੇ ਪਿੰਪਲ ਨਿਕਲੇ ਵੀ ਹੋਣ, ਕੋਈ ਦਾਗ ਵਗੈਰਾ ਹੋਵੇ, ਤਾਂ ਇਹਦੇ ਨਾਲ ਠੀਕ ਹੋ ਜਾਂਦੇ ਨੇ। ਇਸ ਕਰਕੇ ਮੈਂ ਇਹ ਵਾਲੀ ਕਰੀਮ ਅਤੇ ਇਹ ਵਾਲਾ ਫੇਸ ਵੋਸ਼ ਯੂਜ਼ ਕਰਦੀ ਹਾਂ। ਇਹ ਮੈਨੂੰ 500 ਦੀ ਫੇਸ ਵੋਸ਼ ਪਿਆ ਅਤੇ 500 ਦੀ ਉਹ ਕਰੀਮ ਹੈ। ਇਹ ਦੋਨੋਂ ਲਾ ਲਓ ਤੁਸੀਂ, 1000 ਰੁਪਏ ਦੇ ਹੋ ਗਏ, ਕਿਉਂਕਿ ਇਹ ਵਧੀਆ ਹੋਣ ਕਰਕੇ ਤਾਂ ਹੀ ਕਰਕੇ ਇਹ ਮਹਿੰਗੇ ਨੇ। ਅਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਦੀ ਹਾਂ। ਮੈਂ ਲੈ ਕੇ ਆਈ ਸੀਗੀ ਆਪਣੇ ਵਾਸਤੇ ਸ਼ੂਜ਼, ਮੈਂ ਇਹਦੀ ਤੁਹਾਡੇ ਕੋਲ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਨਹੀਂ ਸਕੀ, ਕਿਉਂਕਿ ਅਸੀਂ ਜਲਦੀ 'ਚ ਸੀਗੇ, ਉਸ ਦਿਨ ਮੀਂਹ ਵੀ ਪੈ ਰਿਹਾ ਸੀਗਾ। ਇਹ ਵਾਲੇ ਫਰੈਂਡਸ ਮੈਂ ਸ਼ੂਜ਼ ਲੈ ਕੇ ਆਈ ਹਾਂ, ਇਹ ਸ਼ੂਜ਼ ਜਿਹੜੇ ਮੈਨੂੰ ਪਏ ਨੇ 500 ਦੇ, ਦੇਖੋ ਕਿੰਨੇ ਵਧੀਆ ਨੇ, ਬਿਲਕੁਲ ਸੋਕਸ ਟਾਈਪ ਨੇ, ਇਹ ਉੱਪਰੋਂ ਪੂਰਾ ਪੈਰ ਜਿਹੜਾ ਕਵਰ ਕਰਨਗੇ ਅਤੇ ਬਿਲਕੁਲ ਲਾਈਟ ਵੇਟ ਹੈ, ਬਹੁਤ ਜ਼ਿਆਦਾ ਹੌਲੇ ਪਏ ਨੇ ਇਹ। ਚਲੋ ਜੀ, ਹੁਣ ਮੈਂ ਤੁਹਾਨੂੰ ਜਿਹੜੀ ਸ਼ੋਪਿੰਗ ਕਰਕੇ ਲੈ ਕੇ ਆਈ ਸੀਗੀ ਉਹ ਤਾਂ ਦਿਖਾ ਤੀ, ਅਤੇ ਹੁਣ ਆਪਾਂ ਜੋੜ ਜੜਾਈ ਕਰਦੇ ਹਾਂ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਾਂ ਪਿੰਡਾਂ ਵਿੱਚ ਕਿਵੇਂ ਜੋੜ ਜੜਾਈ ਕਰਦੇ ਹਾਂ ਅਤੇ ਕੀ ਆਪਾਂ ਸਮਾਨ ਜਦੋਂ ਲੈ ਕੇ ਜਾਵਾਂਗੇ, ਫਿਰ ਤੁਹਾਨੂੰ ਉਹ ਵੀਡੀਓ ਤੁਹਾਡੇ ਨਾਲ ਅੱਗੇ ਫੇਰ ਸ਼ੇਅਰ ਕਰਾਂਗੇ। ਚਲੋ ਜੀ, ਹੁਣ ਆਪਾਂ ਜਿਹੜੀ ਸ਼ੋਪਿੰਗ ਹੈ ਇਹਨੂੰ ਬੰਦ ਕਰ ਦਿੰਦੇ। ਜੋੜ ਚੜਾਈ ਕਰਾਂਗੇ, ਦੇਖੋ ਫਰੈਂਡਸ ਜਦੋਂ ਵੀ ਆਪਣੇ ਕੋਈ ਤਿਉਹਾਰ ਹੁੰਦਾ ਹੈ ਜਾਂ ਕੋਈ ਮੈਰਿਜ ਹੁੰਦੀ ਹੈ, ਆਪਾਂ ਇਵੇਂ ਸਾਰੇ ਕੱਪੜੇ ਦੀ ਜੋੜ ਜੜਾਈ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਈ। ਇਹ ਆਪਣੇ ਪਿੰਡਾਂ ਦੇ ਰੀਤੀ ਰਿਵਾਜ਼ ਨੇ, ਚਾਹੇ ਆਪਾਂ ਨੇ ਆਪਣੇ ਕਿਸੇ ਧੀ ਭੈਣ ਕੋਲ ਜਾਣਾ ਹੈ ਕੁਛ ਸੰਧਾਰਾ ਵਗੈਰਾ ਲੈ ਕੇ, ਚਾਹੇ ਆਪਣੇ ਕੋਈ ਵਿਆਹ ਸ਼ਾਦੀ ਹੋਵੇ, ਆਪਾਂ ਇੱਦਾਂ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਕੱਪੜੇ ਦਿੰਦੇ ਹਾਂ। ਜਦੋਂ ਮੈਰਿਜ ਹੁੰਦੀ ਹੈ, ਵਿਆਹ ਹੁੰਦਾ ਹੈ, ਉਦੋਂ ਤਾਂ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਦਿੰਦੇ ਹਾਂ, ਆਪਣੀ ਘਰ ਦੀ ਕੁੜੀਆਂ ਨੂੰ ਵੀ ਦਿੰਦੇ ਹਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ। ਅਤੇ ਜਦੋਂ ਆਪਣੇ ਕੋਈ ਤਿੱਥ ਤਿਆਰ ਹੁੰਦਾ ਹੈ, ਕੋਈ ਜਿਵੇਂ ਲੋਹੜੀ ਹੋ ਗਈ, ਦੀਵਾਲੀ ਹੋ ਗਈ ਜਾਂ ਹੋਰ ਝੱਕਰੀਆਂ ਵਗੈਰਾ ਕੁਛ ਹੁੰਦੇ ਹਨ, ਤਾਂ ਆਪਾਂ ਵੀ ਧੀਆਂ ਭੈਣਾਂ ਨੂੰ ਜਦੋਂ ਕੱਪੜੇ ਦਿੰਦੇ ਹਾਂ ਇਵੇਂ ਦਿੰਦੇ ਹਾਂ।
ਦੇਖੋ ਫਰੈਂਡਸ, ਇਹ ਮੇਰੀ ਮੈਰਿਜ ਦੀ ਫੋਟੋ ਹੈ। ਤੁਸੀਂ ਕਿਹਾ ਸੀਗਾ ਵੀ ਦੀਦੀ ਨੇੜੇ ਤੋਂ ਕਰਕੇ ਦਿਖਾ ਦਿਓ। ਦੇਖੋ ਮੈਂ ਹੁਣ ਤੁਹਾਨੂੰ ਬਿਲਕੁਲ ਨੇੜੇ ਤੋਂ ਕਰਕੇ ਦਿਖਾਉਣ ਵਾਲੀ ਮੈਰਿਜ ਦੀ ਫੋਟੋ ਹੈ ਜਿਹੜੀ, ਅਤੇ ਇਹ ਉਦਮ ਦੀ ਛੋਟੇ ਹੁੰਦੇ ਦੀ। ਚਲੋ ਜੀ ਫਰੈਂਡਸ, ਇਹ ਤਾਂ ਸੀਗੀ ਮੇਰੀ ਜਿਹੜੀ ਸ਼ੋਪਿੰਗ ਕਰੀ ਹੋਈ ਸੀਗੀ ਲੋਹੜੀ ਦੇ ਤਿਉਹਾਰ ਦੀ, ਆਪਾਂ ਜਿਹੜਾ ਆਪਣੇ ਧੀਆਂ ਭੈਣਾਂ ਨੂੰ ਦੇਵਾਂਗੇ ਸੰਧਾਰਾ। ਸੋ ਫਰੈਂਡਸ, ਉਮੀਦ ਕਰਦੇ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ, ਨਾਲੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਚਲੋ ਜੀ, ਫਿਰ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਵਿੱਚ, ਅਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕਿਵੇਂ ਸੰਧਾਰਾ ਲੈ ਕੇ ਜਾਂਦੇ ਹਾਂ ਅਤੇ ਕੀ ਕੁਛ ਆਪਾਂ ਕਰਦੇ ਹਾਂ। ਚਲੋ ਜੀ ਫਿਰ, ਤਦ ਤੱਕ ਲਈ ਬਾਏ ਬਾਏ।